Thank you.
ਮਜਨ
सरोवर नाते सब उपरे पाप कमाते सब उपरे पाप कमाते रामदास सरोवर नाते सब उपरे पाप कमाते तन हमारे भाग कर आया फिर मेरा
ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਹਮੇ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਸੋ
ਅੱਜ ਧੰਨ ਧੰਨ ਸਾਹਿਬ ਸਤਿਗੁਰੂ ਜੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ, ਪ੍ਰਕਾਸ਼ ਉਤਸਵ ਹੈ। ਆਲ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਆਨੰਦਪੁਰ ਸਾਹਿਬ ਜੀ ਦੇ ਵਾਸੀ, ਕਲਗੀਆਂ ਵਾਲੇ, ਬਾਜਾਂ ਵਾਲੇ, ਸਾਹਿਬ ਸਤਿਗੁਰੂ ਜੀ ਦੇ ਦਸਮੇਸ਼ ਪਿਤਾ ਜੀ ਦੇ ਗੁਰਸਿੱਖ ਵਸਦੇ ਹਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰ ਰਹੇ ਹਨ। ਗੁਰਪੂਰਾ ਨਮਸਕਾਰੇ, ਪ੍ਰਭ ਸਭੇ ਕਾਜ ਸਵਾਰੇ। ਪੂਰੀ ਦੁਨੀਆ ਦਾ ਭਲਾ ਮੰਗ ਰਹੇ ਹਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਸਤਿਗੁਰਾਂ ਦਾ ਚੌਥੇ ਪਾਤਸ਼ਾਹ, ਧੰਨ 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 ਧੰਨ, ਜਿੰਨੀ ਵੀ ਸੋਭਾ ਕਰ ਲਈਏ ਉਨੀ ਥੋੜ੍ਹਾ ਥੋੜ੍ਹੀ ਹੈ ਇਸ ਰਸਨਾ ਦੇ ਨਾਲ, ਇਸ ਜੀਭਾ ਦੇ ਨਾਲ, ਇਸ ਢੰਗ ਦੇ ਨਾਲ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹੀ ਦੀ ਹੈ, ਇਹ ਜਿਹੜਾ ਮਨ ਦੁਨੀਆ ਦੇ ਸੁਪਨੇ ਦੇ ਵਿੱਚ ਸੁੱਤਾ ਹੋਇਆ ਹੈ, ਉਸ ਨੂੰ ਜਾਗ ਆਉਣ ਲੱਗ ਪੈਂਦੀ ਹੈ, ਸੋਝੀ ਆਉਣ ਲੱਗ ਪੈਂਦੀ ਹੈ, ਨਾਮ ਜਪਣ ਲੱਗ ਪੈਂਦਾ ਹੈ, ਸ਼ਬਦ ਸੁਣ ਲੈਂਦਾ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹੁਕਮ ਜੋ ਹਨ ਗੁਰਬਾਣੀ ਵਿੱਚ, ਉਹਨਾਂ ਨੂੰ ਮਨ ਕਮਾਉਣ ਲੱਗ ਪੈਂਦਾ ਹੈ, ਸਤਿਗੁਰੂ ਜੀ ਨੂੰ ਸੇਵਣ ਲੱਗ ਪੈਂਦਾ ਹੈ, ਸਤਿਗੁਰਾਂ ਦੇ ਚਰਨਾਂ ਨਾਲ ਮਨ ਜੁੜ ਜਾਂਦਾ ਹੈ, ਮਹਾਂਪੁਰਖ ਤੱਕ ਬਣ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਸਤਿਗੁਰ ਸੇਵਹਿ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁੱਲ ਸਗਲ ਨਿਸਤਾਰੇ, ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਆਪ ਉਧਰੇ ਕੁੱਲ ਸਗਲ ਨਿਸਤਾਰੇ, ਸਾਰੀ ਕੁੱਲ ਤਰ ਜਾਂਦੀ ਹੈ। ਦੁਨੀਆ ਦੇ ਵਿੱਚ ਲੋਕ ਜਿਹੜੇ ਨਾਮ ਜਪਣ ਵਾਲੇ ਹਨ, ਉਹਨਾਂ ਨੂੰ ਪਤਾ ਹੈ ਇਹ ਸਤਿਗੁਰੂ ਜੀ ਨੂੰ ਸੇਵਦੇ ਹਨ, ਸਤਿਗੁਰੂ ਜੀ ਦੇ ਨਾਲ ਇੱਕ ਮਿੱਕ ਹਨ, ਸੇ ਮਹਾਂਪੁਰਖ ਸੰਸਾਰੇ। ਆਪ ਪੜ੍ਹਿਆ ਕਰੋ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚੋਂ, ਆਲ ਵਰਲਡ ਨੂੰ, ਪੂਰੀ ਦੁਨੀਆ ਨੂੰ GVL ਗੁਰਬਾਣੀ ਸੇਵਾ ਵੱਲੋਂ, ਦਾਸ ਦਿਲਬਾਗ ਸਿੰਘ ਵੱਲੋਂ, ਆਲ ਵਰਲਡ ਦੀ ਸਾਧ ਸੰਗਤ ਦਾ ਸੇਵਾਦਾਰ ਗਿਆਨੀ ਦਿਲਬਾਗ ਸਿੰਘ, GVL ਗੁਰਬਾਣੀ ਸੇਵਾ ਤੋਂ ਮਨ ਵਿੱਚ ਚਾਉ ਆਇਆ, ਮਨ ਚਾਉ ਪਿਆ, ਪ੍ਰਭ ਆਗਮ ਸੁਣਿਆ। ਅੱਜ ਮੇਰੇ ਧੰਨ 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 ਗੁਰੂ ਰਾਮਦਾਸ ਮਹਾਰਾਜ ਜੀ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਆਲ ਵਰਲਡ ਦੀਆਂ ਸੰਗਤਾਂ ਨੂੰ ਦੱਸ ਰਹੇ ਵੱਲੋਂ ਵਧਾਈਆਂ ਵਧਾਈਆਂ ਵਧਾਈਆਂ, ਗਿਣਤੀ ਨਹੀਂ ਕੀਤੀ ਜਾ ਸਕਦੀ, ਲੱਖਾਂ ਤੋਂ ਬਹੁਤ ਅੱਗੇ ਸਤਿਗੁਰਾਂ ਦਾ ਪਰਿਵਾਰ ਵੱਧ ਚੁੱਕਾ ਹੈ, ਮਿਲੀਅਨ ਬਿਲੀਅਨ। ਕੋਈ ਥਾਂ ਐਸੀ ਨਹੀਂ ਜਿੱਥੇ ਅਨੰਦਪੁਰ ਸਾਹਿਬ ਜੀ ਦੇ ਵਾਸੀ ਨਹੀਂ ਵੱਸ ਰਹੇ, ਸਰਬੱਤ ਦਾ ਭਲਾ ਨਹੀਂ ਮੰਗ ਰਹੇ, ਜਿੱਥੇ ਜਿੱਥੇ ਵੀ ਹਨ ਆਪਣੀ ਟੰਗ ਦੇ ਨਾਲ, ਜ਼ਬਾਨ ਰਸਨਾ ਦੇ ਨਾਲ ਜੁੜੇ ਰਹਿੰਦੇ ਹਨ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ। ਕੋਈ ਦੁੱਖ ਵੀ ਆ ਬਣੇ ਫਿਜ਼ੀਕਲੀ, ਮਨ ਕਰਕੇ ਦੇਹ ਕਰਕੇ, ਤਾਂ ਵੀ ਜਪਦੇ ਹਨ ਦੁੱਖ ਭੰਜਨ ਤੇਰਾ ਨਾਮ ਜੀ, ਆ ਜਾਂਦੇ ਹਨ ਉੱਡ ਕੇ ਆਤਮਾ ਦੁਆਰਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਹਰਿਮੰਦਰ ਸਾਹਿਬ ਤੇ ਪੜ੍ਹਦੇ ਹਨ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜੇ ਅਕਾਲ ਤਖ਼ਤ ਸਾਹਿਬ ਵੱਲ ਮਨ ਜੁੜਦਾ ਹੈ, ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਕੇ, ਤੇ ਸਤਿਗੁਰੂ ਛੇਵੇਂ ਪਾਤਸ਼ਾਹ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕ ਹੋਵੇ ਸਨੇਕ, ਤੇ ਮੂੰਹ ਨਿਕਲ ਜਾਂਦਾ ਹੈ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਸਾਰੀਆਂ ਸੰਗਤਾਂ ਨੂੰ ਦਸਰੇ ਵੱਲੋਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ,
ਉਧਾਰ ਹੋਇਆ ਹੈ ਜੀ ਕਾ ਸ਼ਬਦ ਪੜ੍ਹਦੇ ਹਾਂ। ਅੱਜ ਮੰਗਲਵਾਰ ਹੈ, ਸੰਨ 2022 ਹੈ, 11 ਅਕਤੂਬਰ ਦਾ ਮਹੀਨੇ ਦੀ ਤਰੀਕ ਹੈ, 11 ਅਕਤੂਬਰ ਮੰਗਲਵਾਰ ਟਿਊਜ਼ਡੇ, ਸੰਨ ਹੈ 2022। ਇਸ ਸਾਲ ਵਿੱਚ ਇਸ ਤਰੀਕ 'ਤੇ ਸੰਗਤਾਂ ਨੇ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਇੰਨੀਆਂ ਰੌਣਕਾਂ ਸਨ ਸਾਧ ਸੰਗਤ ਤਿਲ ਸੁੱਟਣ ਦੀ ਵੀ ਥਾਂ ਨਹੀਂ ਮਿਲ ਰਹੀ ਸੀ। ਆਪ ਸਾਰਿਆਂ ਨੇ ਕਥਾ ਵੀ ਸਰਵਣ ਕੀਤੀ ਹੈ, ਦਾਸ ਦੇ ਮਨ ਵਿੱਚ ਚਾਓ ਪੈਦਾ ਹੋਇਆ ਤੇ ਸ਼ਬਦ ਪੜ੍ਹਿਆ ਹੈ। ਮਨ ਜੋੜ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਸਤਿਗੁਰਾਂ ਦੇ ਸਰੋਵਰ ਵੱਲ ਦੇਖਿਆ। ਪਤਾ ਨਹੀਂ ਕਿਤਨੀ ਕੁ ਦੁਨੀਆ ਇਸ਼ਨਾਨ ਕਰ ਰਹੀ ਹੈ ਅਤੇ ਆਖ ਰਹੀ ਹੈ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਪਾਪ ਹੋ ਜਾਂਦੇ ਨੇ, ਉਹਨਾਂ ਪਾਪਾਂ ਨੂੰ ਲਾ ਰਹੀ ਹੈ ਰਾਮਦਾਸ। ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਕਈ ਭੁੱਲਾਂ ਹੋ ਜਾਂਦੀਆਂ ਹਨ। ਵਾਜਾ ਵਜਾਉਣ ਵਿੱਚ ਤੁਕ ਲਾ ਕੰਨਾ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ। ਗੁਰਬਾਣੀ ਪੜ੍ਹਨ ਵਿੱਚ ਇਸ ਮਿੱਟੀ ਦੇ ਭਾਂਡੇ ਦੀ ਡੋਰੀ ਜਿਹੜੀ ਹੈ ਮਾਲਕ ਦੇ ਹੱਥ ਹੈ, ਵਾਹਿਗੁਰੂ ਜੀ ਦੇ ਹੱਥ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਹੈ। ਦਾਸ ਨੂੰ ਖਿਮਾ ਕਰ ਦੇਣਾ, ਸੰਗਤ ਗੁਰੂ ਦਾ ਰੂਪ ਹੈ। ਨਾਮ ਜਪਿਆ ਕਰੋ, ਅੱਜ ਗੁਰਪੁਰਬ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਹੈ। ਉਹਨਾਂ ਦੇ ਬਚਨ ਹਨ ਜਿਹੜਾ ਸ਼ਬਦ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ। ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕੀ ਜਪੀਏ, ਸਤਿਗੁਰਾਂ ਨੇ ਹੁਕਮ ਕਰ ਦਿੱਤਾ ਹੈ। ਆਪੋ ਆਪਣੇ ਮਨ ਨੂੰ ਆਖੋ ਜਪ ਮਨ, ਸਤਨਾਮ ਸਦਾ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।